ਜਦੋਂ ਮਨੁੱਖ ਅੰਤਾਂ ਦਾ ਦੁਖੀ ਹੋਵੇ ਜਾਂ ਹੱਦੋਂ ਵੱਧ ਖੁਸ਼ ਹੋਵੇ ਤਾਂ ਆਪਣੇ ਇੱਕ ਅਜਿਹੇ ਕਰੀਬੀ ਦੀ ਭਾਲ ਕਰਦਾ ਹੈ ਜਿਹੜਾ ਉਸ ਦੇ ਵਿਚਾਰਾਂ ਦਾ ਮੇਲੀ ਹੋਵੇ ਜਿਸ ਨੂੰ ਉਹ ਆਪਣਾ ਸਭ ਦੁੱਖ ਸੁੱਖ ਬਿਨਾਂ ਝਿਜਕ ਦੱਸ ਦੇਵੇ ਆਪਣੀ ਜ਼ਿੰਦਗੀ ਦੇ ਵਾਅਦੇ ਘਾਟੇ ਉਸ ਅੱਗੇ ਖੋਲ ਦੇਵੇ ਉਸ ਨੂੰ ਗੱਲ ਦੱਸਿਆਂ ਗਮ ਘਟ ਜਾਵੇ ਤੇ ਖੁਸ਼ੀ ਸਾਂਝੀ ਕਰਨ ਨਾਲ ਖੁਸ਼ੀ ਦੁਣੀ ਹੋ ਜਾਵੇ ਅਜਿਹੀ ਸਥਿਤੀ ਤੋਂ ਹੀ ਗੂੜੀ ਮਿੱਤਰਤਾ ਦਾ ਜਨਮ ਹੁੰਦਾ ਹੈ ਇਸੇ ਤਰ੍ਹਾਂ ਦੀ ਹੀ ਮਿੱਤਰਤਾ ਸੀ ਬਾਗੂ ਅਤੇ ਰਾਜੇ ਵਿਚਕਾਰ ਭਗਵਾਨ ਦਾ ਰਾਜੇ ਨਾਲ ਗੱਲਾਂ ਕਰਨ ਵੱਲੋਂ ਢਿੱਡ ਭਰਿਆ ਪਿਆ ਸੀ ਉਹ ਜ਼ਾਦਿਲ ਕਾਣਾ ਪੈਪੇ ਜਾਂਦਾ ਕਿ ਮੈਂ ਕਦੋਂ ਆਪਣੀ ਖੁਸ਼ੀ ਰਾਜੇ ਨਾਲ ਸਾਂਝੀ ਕਰ ਲਵਾਂ ਉਹ ਸ਼ਾਮ 6 ਵਜੇ ਤੱਕ ਕਾਲੀ ਕਾਲੀ ਕਾਮ ਨਵੇੜਦਾ ਰਿਹਾ ਸਾਰੇ ਕੰਮ ਮੁਕਦੇ ਕਰਕੇ ਉਹ ਰਾਜੇ ਦੇ ਘਰ ਵੱਲ ਨੂੰ ਹੋ ਤੁਰਿਆ ਰਾਜਾ ਘਰ ਹੀ ਮਿਲ ਗਿਆ ਬਾਗੂ ਇਹਦਾ ਚਾਨੀ ਹੋ ਗਿਆ ਪਤੰਦਰਾ ਕਦੇ ਗਿੜਾ ਨਹੀਂ ਮਾਰਿਆ ਯਾਰ ਟਾਈਮ ਹੀ ਨਹੀਂ ਲੱਗਿਆ ਅਭਗਵਾਨ ਨੇ ਹੱਥ ਮਿਲਾਇਆ ਔਰ ਪੜਾਈ ਚੰਗੀ ਚੱਲਦੀ ਹੈ ਹਾਂ ਠੀਕ ਹੈ ਚਲ ਉੱਪਰ ਚੱਲ ਕੇ ਕਰਦੇ ਆ ਗੱਲਾਂ ਰਾਜਾ ਭਾਗੂ ਨੂੰ ਕੋਠੇ ਉੱਪਰ ਲੈ ਗਿਆ ਦਿਨ ਪੂਰਾ ਢਲ ਗਿਆ ਸੀ ਕਸਮੈਲੇ ਅਸਮਾਨ ਵਿੱਚ ਉੱਡਦੀਆਂ ਕਾਵਾਂ ਦੀਆਂ ਟਾਰਾਂ ਦਖਣ ਵੱਲ ਤੇਜ਼ੀ ਨਾਲ ਵਧ ਰਹੀਆਂ ਸਨ ਸੂਰਜ ਨੇ ਪੱਛਮ ਦੀ ਇੱਕ ਲਹੂ ਆਂਗ ਲਾਲ ਕਰ ਰੱਖੀ ਸੀ ਸਾਹਮਣੇ ਕੋਠੇ ਉੱਪਰ ਦੋ ਕੁੜੀਆਂ ਸਵੇਰ ਦੀ ਸੁੱਕਣੇ ਪਾਈ ਕੱਪੜਿਆਂ ਨੂੰ ਲਾਉਣ ਵਿੱਚ ਜੁਟੀਆਂ ਹੋਈਆਂ ਸਨ ਰਾਜਾ ਤੇ ਭਾਗੂ ਬਨੇਰੇ ਉੱਪਰ ਬੈਠ ਗਏ ਸੁਣਾ ਯਾਰ ਕੋਈ پری ਦੀ ਗੱਲਬਾਤ ਤੇ ਆਲ ਹੋਈ ਜਾਂ ਨਹੀਂ ਰਾਜੇ ਨੇ ਭਾਗੂ ਦਾ ਮੋਢਾ ਥਾਪੜਿਆ ਆਪਾਂ ਕਰੇ ਬਿਨਾਂ ਛੱਡਦੇ ਆ ਉਹ ਸਦਕੇ ਵੇਲਿਆ ਕੀ ਕਹਿੰਦੀ ਫਿਰ ਰਾਜੇ ਨੇ ਮੂੰਹ ਅਡ ਲਿਆ ਜਿਵੇਂ ਗੱਲ ਕੰਨਾਂ ਨਾਲ ਨਹੀਂ ਮੂੰਹ ਨਾਲ ਸੁਣਨੀ ਹੋਵੇ ਉਹ ਹੁਣ ਤਾਂ ਮਰਦੀ ਆ ਤੇਰੇ ਵੀਰ ਤੇ ਇੰਦੀ ਛਤੀ ਮਿਲ ਕੇ ਜਾਇਕਰ ਪੁੱਛੋ ਮਿਲਿਆ ਫਿਰ ਹਾਂ ਕਿੱਦੇ ਛੇਵੇਂ ਛੇਵੇਂ 6 ਦਿਨ ਹੋ ਗਏ ਤੈਨੂੰ ਮਿਲੇ ਨੂੰ ਰਾਜੇ ਦੇ ਮੱਥੇ ਉੱਪਰ ਹੈਰਾਨੀ ਦੀਆਂ ਲਕੀਰਾਂ ਉਭਰ ਆਈਆਂ ਓ ਜਾ ਯਾਰ ਤੇਰੀ ਤਾਂ ਮੈਂ ਹੁੰਦਾ ਇੱਕ ਦਿਨ ਵਿੱਚ ਦੀ ਦੋ ਦੋ ਵਾਰ ਮਿਲਦਾ ਕੀ ਕਰੀਆ ਯਾਰ ਹਰ ਰੋਜ਼ ਉਹਨਾਂ ਦੇ ਘਰ ਦੇ ਨਹੀਂ ਆਉਣ ਦਿੰਦੇ ਮੁੰਡੇ ਨੇ ਬੇਵਸੀ ਜ਼ਾਹਿਰ ਕੀਤੀ ਕਿਉਂਕਿ ਜਿਸ ਦਿਨ ਕਰ ਮਿਸਣੀ ਹਲੋਂਦੀ ਜਹ ਆਪ ਜਾ ਕੇ ਲੈ ਆਉਂਦੀ ਉਸ ਦਿਨ ਹੀ ਗੁਰਜੀਤ ਦੇ ਘਰ ਮਿਲਿਆ ਜਾਂਦਾ ਤੇਰੀਆਂ ਕਿਹੜਾ ਟੁੱਟੀਆਂ ਨੇ ਆਪ ਜਾਇਆ ਕਰ ਮੈਨੂੰ ਉਥੇ ਰੋਜ਼ ਕੌਣ ਬੜਨ ਦਿੰਦਾ ਹੈ ਕੋਈ ਪੁੰਦਵਾ ਤੂੰ ਉਹਨਾਂ ਦੇ ਘਰ ਥੋੜਾ ਜਾਣਾ ਸਾਰੀ ਸੜਕ ਪਈ ਹੈ ਸੜਕ ਤੇ ਕਦਾ ġੀੜਾ ਮਾਰ ਆਇਆ ਕਰ ਕਦੇ ਤਾਂ ਮਿਲੂ ਰਾਜੇ ਨੇ ਵਿਯੌਤ ਦੱਸੀ ਚਲੋ ਇਹ ਵੀ ਦੇਖ ਲਾਂਗੇ ਦੇਖਣਾ ਕੀ ਹੈ ਹੁਣੇ ਚੱਲ ਹੁਣੇ ਹੂੰ ਚੱਲਤਾ ਸਹੀ ਰਾਜਾ ਭਾਗੂ ਦੀ ਬਾਹ ਫੜ ਖਿੱਚ ਤੁਰਿਆ ਬਾਹਰ ਆਉਂਦਿਆਂ ਨੂੰ ਗੁਰਨਾਬ ਮਿਲ ਗਿਆ ਤਿੰਨੇ ਚੀਮਿਆਂ ਨੂੰ ਜਾਂਦੀ ਸੜਕ ਪੈ ਗਏ ਜੇ ਬਾਹਰ ਮਿਲ ਗਿਆ ਫਿਰ ਕੀ ਕਹਾ ਭਗਵਾਨ ਨੇ ਗੁਰਨਾਬ ਤੋਂ ਸਲਾਹ ਮੰਗੀ ਕਹਦੀ ਰਾਤ ਨੂੰ ਆਉਂਗਾ ਕਦੋਂ ਕਹਾ 11:00 ਵਜੇ ਕਹਦੀ ਜਦੋਂ ਤਿੰਨੇ ਘਰ ਕੋਲ ਪਹੁੰਚੇ ਤਾਂ ਕਿਰਨਾ ਬੱਠਲ ਲਈ ਬਾਹਰ ਆਈ ਤੇ ਕੂੜਾ ਰੋੜੀ ਉੱਪਰ ਸੁੱਟ ਕੇ ਵਾਪਸ ਮੁੜ ਪਈ ਗੁਰਨੈਬ ਨੇ ਕਿਰਨਾ ਨੂੰ ਮੁੜੀ ਜਾਂਦਿਆਂ ਵੇਖ ਦੋਵੇਂ ਹੱਥਾਂ ਨਾਲ ਤਾੜੀ ਮਾਰ ਦਿੱਤੀ ਕੁੜੀ ਵੇਖ ਕੇ ਰੁਕ ਗਈ ਰਾਜਾ ਤੇ ਗੁਰਨੈਬ ਤੇਜ਼ ਕਦਮੀ ਅੱਗੇ ਲੰਘ ਗਏ ਰਾਤ ਨੂੰ 11 ਵਜੇ ਆਉਂ ਭਗਵਾਨ ਕੁੜੀ ਕੋਲ ਰੋਕਿਆ ਨਹੀਂ ਨਹੀਂ ਕਿਰਨਾ ਨੇ ਤੇਜ਼ੀ ਨਾਲ ਨਾਂ ਵਿੱਚ ਸਿਰ ਹਿਲਾਇਆ ਮੈਂ ਜ਼ਰੂਰ ਆਉਂ ਤੂੰ ਆਈ ਚਾਹੇ ਨਾ ਭਗਵਾਨ ਕਿਰਨਾ ਦਾ ਜਵਾਬ ਉਡੀਕੇ ਬਿਨਾਂ ਹੀ ਕਹਿ ਕੇ ਅੱਗੇ ਲੰਘ ਗਿਆ ਕਿਰਨਾ ਡੌਰ ਪਰ ਹੋਈ ਖੜੀ ਰਹੀ ਫਿਰ ਅੰਦਰ ਜਾ ਵੜੀ ਕੀ ਕਹਿੰਦੀ ਫਿਰ ਕਬੂਤਰੀ ਗੁਰਨੇਬ ਮਸਤੀ ਵਿੱਚ ਮੁੜ ਗਿਆ ਕਬੂਤਰੀ ਡਰਦੀ ਹੈ ਘਰ ਵਾਲੀਆਂ ਬਿੱਲੀਆਂ ਤੋਂ ਕਿਉਂ ਕੀ ਹੋਇਆ ਗੁਰਨੇਬ ਉਬਲਦੇ ਦੁੱਧ ਵਿੱਚ ਮਾਰੇ ਪਾਣੀ ਦੇ ਛਿੱਟਿਆਂ ਵਾਂਗ ਇੱਕਦਮ ਢਿਲਾ ਪੈ ਗਿਆ ਉਹ ਤਾਂ ਜਵਾਬ ਦਿੰਦੀ ਤੀ ਮੈਂ ਕਹਤਾ ਵੀ ਤੂੰ ਚਾਹੇ ਆਈ ਚਾਹੇ ਨਾ ਮੈਂ ਜ਼ਰੂਰ ਆਉਂਗਾ ਉਹ ਸਦਕੇ ਤੇਰੇ ਗੁਰਨੇਬ ਦੁੱਧ ਥੱਲੇ ਦੁਬਾਰਾ ਲਾਏ ਚੌਂਕੇ ਵਾਂਗ ਮੁੰਡੇ ਨੂੰ ਥਾਪੀ ਦੇ ਕੇ ਉੱਪਰ ਉਛਲ ਪਿਆ ਤਿੰਨੇ ਚੀਮਿਆਂ ਨੂੰ ਜਾਂਦੀ ਸੜਕ ਤੁਰ ਪਏ ਇਸੇ ਸੜਕ ਤੇ ਅੱਗੇ ਜਾ ਕੇ ਰਾਜੇ ਦਾ ਖੇਤ ਪੈਂਦਾ ਹੈ ਖੇਤ ਪਹੁੰਚ ਕੇ ਉਹ ਕੋਠੇ ਅੱਗੇ ਬਣੀ ਖੇਲ ਤੇ ਬੈਠ ਗਏ ਉੱਥੇ ਬੈਠੇ ਸ਼ਾਮ ਤੱਕ ਗੱਲਾਂ ਕਰਦੇ ਰਹੇ ਜਦੋਂ ਵਾਪਸ ਮੁੜੇ ਤਾਂ ਸੂਰਜ ਕਦੋਂ ਦਾ ਡੁੱਬ ਚੁੱਕਿਆ ਸੀ ਹੁਣ ਤਾਂ ਅਸਮਾਨ ਵਿੱਚ ਪਹਿਲਾ ਮੋਟਾ ਤਾਰਾ ਵੀ ਛਾਤੀਆਂ ਮਾਰਨ ਲੱਗ ਪਿਆ ਅਨੇ ਦਾ ਹੌਲੀ-ਹੌਲੀ ਆਪਣੇ ਆਲੇ-ਦੁਆਲੇ ਨੂੰ ਆਪਣੇ ਵਿਸ਼ਾਲ ਬੁੱਕਲ ਵਿੱਚ ਸਵੇਟਣ ਲੱਗ ਪਿਆ ਸੀ ਪਿੰਡ ਤੱਕ ਆਉਂਦਿਆਂ ਉਹ ਰਾਤ ਨੂੰ ਆਉਣ ਦੀਆਂ ਸਲਾਹਾਂ ਬਣਾਉਂਦੇ ਰਹੇ ਅਖੀਰ ਫੈਸਲਾ ਕਰ ਲਿਆ ਕਿ ਦਿਨਾਂ ਦੀ ਬਜਾਏ ਦੋ ਦਾ ਆਉਣਾ ਜ਼ਿਆਦਾ ਠੀਕ ਰਹੇਗਾ ਰਾਜੇ ਨੂੰ ਘਰ ਭੇਜ ਦਿੱਤਾ ਤੇ ਉਸਦੇ ਹੱਥ ਗੁਰਨੇਬ ਦੇ ਘਰ ਸਨੇਹਾ ਭਿਜਵਾ ਦਿੱਤਾ ਕਿ ਉਹ ਅੱਜ ਭਗਵਾਨ ਕੇ ਘਰ ਹੀ ਰਹੇਗਾ ਤੋਂ ਮੇ ਰੋਟੀ ਖਾ ਕੇ ਦਰੇ ਤੇ ਬਣੀ ਬੈਠਕ ਵਿੱਚ ਆ ਗਏ 9:30 ਵਜੇ ਤੱਕ ਦੋਵੇਂ ਗੱਲਾਂ ਕਰਦੇ ਰਹੇ ਅਤੇ ਫਿਰ ਮੰਜੇ ਵਿਛਾ ਕੇ ਪੈ ਗਏ ਮੰਜਾਂ ਵਿੱਚ ਪਏ ਇੱਕ ਦੂਜੇ ਵੱਲ ਵੇਖਦੇ ਤੇ ਕਦੇ ਦੋਵਾਂ ਦੀ ਨਜ਼ਰ ਟਾਈਮ ਪੀਸ ਵੱਲ ਚਲੀ ਜਾਂਦੀ ਸਮੇਂ ਨੇ ਜਿਵੇਂ ਕੀੜੀ ਦੀ ਚਾਲ ਫੜ ਲਈ ਸੀ ਇੱਕ ਇੱਕ ਮਿੰਟ ਪਹਾੜ ਬਣ ਖਲੋਇਆ ਫਿਰ ਵੀ ਸਮੇਂ ਦਾ ਚੱਕਰ ਚੱਕਰ ਘਟਦਾ ਸਮੇਂ ਨੂੰ ਕੁੱਤਰਦਾ ਰਿਹਾ ਤੇ ਸੂਈ 10 ਉੱਪਰ ਆਖ ਰਹੀ ਚੱਲ ਫਿਰ ਭਾਗੂ ਹੋ ਤਿਆਰ ਟਾਈਮ ਦੇਖ 10 ਵਜ ਗਏ ਗੁਰਨੇਬ ਨੇ ਜੁੱਤੀ ਪਾਉਂਦਿਆਂ ਟਾਈਮ ਪੀਸ ਵਾਲ ਇਸ਼ਾਰਾ ਕੀਤਾ ਹਾਂ ਚਲੋ ਬਾਗੂ ਮੰਜੇ ਵਿੱਚੋਂ ਸ਼ਾਲ ਮਾਰ ਕੇ ਉੱਠ ਖੜਿਆ ਕੋਈ ਕਪੜਾ ਤਾਂ ਨਹੀਂ ਚੱਕਣਾ ਛੱਡ ਕਿਹੜਾ ਠੰਡ ਹੈ ਹਵਾ ਦੀ ਠੰਡੂ ਚੱਕ ਲੈ ਫਿਰ ਕਿੱਧਾ ਆਹ ਲੈ ਚਲਦੇ ਹਾਂ ਗੁਰਨੇਬ ਨੇ ਬਿਸਤਰੇ ਵਿੱਚੋਂ ਵਿਛਾਈ ਕੱਢ ਲਈ ਕਮਰੇ ਦੀਆਂ ਲਾਈਟਾਂ ਬੁਝਾ ਕੇ ਬਾਹਰ ਬੀਹੇ ਵਿੱਚ ਖੁੱਲਦਾ ਬਾਰ ਖੋਲ ਲਿਆ ਬਾਹਰ ਆ ਕੇ ਬਾਰ ਨੂੰ ਬਾਰੋਂ ਕੁੰਡਾ ਲਾ ਕੇ ਅੰਦਰ ਪਏ ਘਰਦਿਆਂ ਦੀ ਢਿੱਕ ਲਈ ਜਦੋਂ ਸਾਰੇ ਪਾਸੋਂ ਯਕੀਨ ਵੱਜ ਗਿਆ ਤਾਂ ਦੋਵੇਂ ਪੋਲੇ ਪੈਰੀ ਤੁਰ ਪਏ ਬਾਹਰ ਚੱਲਦੀ ਠੰਡੀ ਹਵਾ ਸਰੀਰ ਤੇ ਲੂਂ ਕੰਡੇ ਖੜੇ ਕਰਦੀ ਠੰਡ ਹੋਣ ਦਾ ਅਹਿਸਾਸ ਕਰਾਉਂਦੀ ਸੀ ਅਸਮਾਨ ਵਿੱਚ ਟਿਮਟਮਾਉਂਦੇ ਤਾਰਿਆਂ ਵਿੱਚ ਗੋਲ ਚੰਨ ਪ੍ਰધાન ਬਣਿਆ ਖੜਾ ਸੀ ਅਸਮਾਨੀ ਲੱਖਾਂ ਹੀ ਚਮਕਦੇ ਤਾਰੇ ਇੰਝ ਲੱਗਦੇ ਸਨ ਜਿਵੇਂ ਕਿਸੇ ਨੇ ਹੀਰਿਆਂ ਦਾ ਭਰਿਆ ਥਾਲ ਉਲਟਾ ਕਰ ਦਿੱਤਾ ਹੋਵੇ ਤੇ ਉਹਨਾਂ ਵਿੱਚ ਪਿਆ ਕੋਈ ਨੂਰ ਹੀਰਾ ਚੰਨ ਹੋਵੇ ਚਾਨਣੀ ਰਾਤ ਹੋਣ ਕਰਕੇ ਕੋਈ ਵੀ ਚੀਜ਼ ਦੂਰ ਤੱਕ ਦੇਖੀ ਜਾ ਸਕਦੀ ਸੀ ਦੋਵੇਂ ਗੱਲਾਂ ਕਰਦੇ ਪਿੰਡ ਤੋਂ ਕਾਫੀ ਦੂਰ ਲੰਘ ਗਏ ਸਨ ਹੁਣ ਪਿੰਡ ਵਿੱਚ ਟਾਵਾ ਟਾਵਾ ਬਲਬ ਚਮਕਦਾ ਦਿਖਦਾ ਸੀ ਚਾਂ ਵੀਹਾਂ ਵਿੱਚ ਕੁੱਤੇ ਭੌਂਕਣ ਦੀਆਂ ਢੂੰਗੀਆਂ ਜਿਹੀਆਂ ਆਵਾਜ਼ਾਂ ਖੇਤ ਵਿੱਚ ਕੋਠਿਆਂ ਉੱਪਰ ਲੱਗੇ ਬਲਬਾਂ ਤੋਂ ਪਤਾ ਲੱਗਦਾ ਸੀ ਕਿ ਖੇਤਾਂ ਵਾਲੀ ਲਾਈਟ ਆ ਚੁੱਕੀ ਹੈ ਉਹ ਘਰ ਤੋਂ ਕੁਝ ਫਾਸਲੇ ਤੇ ਰੁਕ ਗਏ ਸਾਹਮਣੇੋਂ ਦੂਰ ਸੜਕ ਤੇ ਕੋਈ ਲਾਈਟ ਇਨ੍ਹਾਂ ਵੱਲ ਵੱਧੀ ਆ ਰਹੀ ਸੀ ਓਏ ਲੱਗਦਾ ਕੋਈ ਸਕੂਟਰ ਆਉਦਾ ਹੈ ਗੁਰਨਾਬ ਨੇ ਭਾਗੂ ਨੂੰ ਸੁਚੇਤ ਕੀਤਾ ਆ ਜਾ ਇਧਰ 베ਰੀਓਲੇ ਹੋ ਜਾ ਚੱਲ ਚੱਲ ਦੋਵੇਂ 베ਰੀਓਲੇ ਹੋ ਗਏ ਸਕੂਟਰ ਕੋਲ ਦੀ ਖਰਰ ਕਰਦਾ ਲੰਘ ਗਿਆ ਐਸ ਟਾਈਮ ਕਿਹੜਾ ਫਰਦਾ ਸਲਾ ਪਟਕਦਾ ਭਾਗੂ ਨੇ ਦੂਰ ਲੰਘ ਗਏ ਸਕੂਟਰ ਸਵਾਰ ਨੂੰ ਕਿਹਾ ਉਹ ਹੋਣਾ ਵਿਚਾਰਾ ਆਪਣੇ ਵਰਗਾ ਭਗਤ ਗੁਨਾਹਬ ਦੀ ਗਲਤੇ ਦੋਵੇਂ ਹਾਸ ਪਏ ਓਏ ਬਾਗੂ ਸਾਚੋ ਨੂੰ ਥਾਂ ਤੂੰ ਦੱਸੀ ਤੀ ਨਾ ਓਏ ਵਾ ਉਹ ਤਰੇ ਇਕ ਲੰਨਾ ਗੁਨਾਹਬ ਚਿੰਤਾ ਵਿੱਚ ਖੁੱਬ ਗਿਆ ਚੱਲ ਆਪਾਂ ਐਂ ਕਰਦੇ ਆ ਤੂੰ ਪਿਛਲੇ ਬਾਰ ਸਾਹਮਣੇ ਬੈਠ ਜਾ ਮੈਂ ਇੱਧਰ ਬੈਠ ਜਾਣਾ ਬਾਗੂ ਨੇ ਵਿਉਂਤ ਦੱਸੀ ਗੁਨਾਹਬ ਕਰਦੇ ਪਿਛਲੇ ਬਾਰ ਕੋਲ ਜਾ ਬੈਠਿਆ ਅਤੇ ਭਗਵਾਨ ਅਗਲੇ ਬਾਰ ਤੋਂ ਕੁਝ ਹਟਵਾ ਸੜਕ ਵੱਲ ਮੂੰਹ ਕਰਕੇ ਬੈਠ ਗਿਆ ਤਾਂ ਕਿ ਸੜਕ ਤੇ ਆਉਂਦੇ ਜਾਂਦੇ ਉੱਤੇ ਨਜ਼ਰ ਰਹੇ। ਬਾਗੂ ਗੋਟ ਤੇ ਬੱਜੀ ਘੜੀ ਨੂੰ ਚੰਨ ਵੱਲ ਕਰਕੇ ਵਾਰ-ਵਾਰ ਟਾਈਮ ਵੇਖਦਾ। ਘੜੀ ਦੀ ਟਿਕ-ਟਿਕ ਨਾਲ ਉਸ ਦੇ ਦਿਲ ਦੀ ਟਿਕ-ਟਿਕ ਵੱਧਦੀ ਜਾਂਦੀ ਸੀ। 11 ਤੋਂ 5 ਮਿੰਟ ਉੱਪਰ ਹੋ ਗਏ। ਉਸ ਦਾ ਟੜਕਦਾ ਦਿਲ ਸ਼ੰਕਾਵਾਂ ਦੇ ਵਹਿਣਾ ਵਿੱਚ ਵਹਿ ਤੁਰਿਆ। ਅਚਾਨਕ ਪਿਛਲੇ ਪਾਸੇ ਕੋਈ ਰੇਸ਼ਮ ਵਰਗੀ ਚੀਜ਼ ਮੁੰਡੇ ਦੀਆਂ ਅੱਖਾਂ ਗਿਆ ਪਈ ਜਦੋਂ ਇਸ ਰੇਸ਼ਮ ਨੂੰ ਆਪਣੇ ਹੱਥਾਂ ਨਾਲ ਢੋਇਆ ਤਾਂ ਇਹ ਪਤਲੀਆਂ-ਪਤਲੀਆਂ ਉਂਗਲਾਂ ਦਾ ਆਕਾਰ ਸੀ ਮੁੰਡੇ ਦਾ ਹੱਥ ਰੇਸ਼ਮ ਦੀਆਂ ਉਂਗਲਾਂ ਤੋਂ ਗੁੱਟ ਵੱਲ ਚਲਾ ਗਿਆ ਤੇ ਉਸਨੇ ਗੁੱਟ ਫੜ ਕੇ ਪੋਲਾ ਜਿਹਾ ਝੂਠਾ ਮਾਰਿਆ ਅਗਲੇ ਹੀ ਪਲ ਰੇਸ਼ਮ ਦੀ ਕਿਰਨ ਭਾਗੂ ਦੀ ਬੁੱਕਲ ਵਿੱਚ ਆ ਪਈ ਚੰਨ ਸ਼ਰਮਾਉਂਦਾ ਬਦਲੀ ਓਲੇ ਜਾ ਲੁਕਿਆ ਉਦੋਂ ਤਾਂ ਬੜਾ ਨਾ ਨਾ ਕਰਦੀ ਸੀ ਮਿਰਾ ਬਾਗੂ ਨਹੀਂ ਦੋਨੋਂ ਚਲ ਕੇ ਆਵੇ ਤੇ ਮੈਂ ਘਰੋਂ ਉੱਠ ਕੇ ਵੀ ਨਾ ਮ ਕਿਰਨਾ ਬਾਗੂ ਦੀ ਬੁੱਕਲ ਵਿੱਚ ਲੁਕਦੀ ਜਾ ਰਹੀ ਸੀ ਚੱਲ ਉਠ ਗੁਰਨਾਬ ਦੀ ਵੀ ਵਾਰ ਸਾਰ ਲਈਏ ਮੁੰਡੇ ਨੇ ਕੁੜੀ ਨੂੰ ਬੁੱਕਲ ਚੋਂ ਖੜਾ ਕਰ ਲਿਆ ਗੁਰਨਾਬ ਵੀ ਆਇਆ ਤੇਰੇ ਨਾਲ ਹਾਂ ਕਿੱਥੇ ਐ ਦੂਜੇ ਬਾਰ ਅੱਗੇ ਅਸੀਂ ਤੈਨੂੰ ਥਾਂ ਦੱਸਣੀ ਭੁੱਲ ਗਏ ਸੀ ਫਿਰ ਉਹ ਉੱਧਰ ਬਿਠਾਇਆ ਗੁਰਨਾਬ ਬਾਗੂ ਨੇ ਦਬਵੇਂ ਪੈਰੀ ਜਾ ਕੇ ਗੁਰਨਾਬ ਦੇ ਪਿਛਲੇ ਪਾਸੇ ਮੋਢੇ ਉੱਪਰ ਹੱਥ ਝਾ ਰੱਖਿਆ ਕਿ ਕੌਣ ਗੁਰਨੇਬ ਡਰ ਵਿੱਚ ਬੁੜਕ ਪਿਆ ਬਾਗੂ ਤੇ ਕਰਨਾ ਹਾਸਾ ਨਾ ਰੋਕ ਸਕੇ ਓ ਮਾਇਦਰ ਪੋਕਲਾ ਮਾਰੇਗਾ ਸ਼ੇਰ ਚੱਲਾ ਉਧਰ ਚੱਲ ਕੇ ਬੈਠਦੇ ਆ ਤਿੰਨੇ ਉੱਥੇ ਸੜਕ ਤੇ ਆ ਗਏ ਤੁਸੀਂ ਉਧਰ ਜਾ ਕੇ ਗੱਲਾਂ ਕਰੋ ਮੈਂ ਇੱਥੇ ਬੈਠਦਾ ਗੁਰਨੇਬ ਨੇ ਸੜਕ ਤੋਂ ਕੁਝ ਹਟਵੀਂ ਟਾਲੀ ਵਾਲੀ ਇਸ਼ਾਰਾ ਕਰ ਦਿੱਤਾ ਤਾਂ ਕਿ ਚਾਨਣੀ ਰਾਤ ਵਿੱਚ ਟਾਲੀ ਦੇ ਹਨੇਰੇ ਥੱਲੇ ਉਹ ਕਿਸੇ ਦੀ ਨਿਗਾਹ ਨਾ ਚੜਨ ਜੋੜੀ ਟਾਲੀ ਥਲੇ ਜਾ ਬੈਠੀ ਉਹਨਾਂ ਵੇਖਿਆ ਉਹਨਾਂ ਤੋਂ ਥੋੜੀ ਦੂਰੀ ਤੇ ਸਹਾਤੇ ਸਹੀ ਆਪਸ ਵਿੱਚ ਖਲੋਲਾ ਕਰਦੇ ਖੇਡਦੇ ਟਪੂਸੀਆਂ ਮਾਰਦੇ ਇੱਕ ਦੂਜੇ ਮਗਰ ਭੱਜਦੇ ਕਿੰਨੇ ਪਿਆਰੇ ਲੱਗ ਰਹੇ ਸਨ ਕਿੰਨਾ ਚਿਰ ਮੁੰਡਾ ਕੁੜੀ ਇਸ ਜਾਨਵਰ ਜੋੜੀ ਨੂੰ ਵੇਖਦੇ ਰਹੇ ਆਪਣਾ ਮਿਲਣਾ ਭੁੱਲ ਕੁਦਰਤ ਦੀ ਬਣਾਈ ਇਸ ਖੂਬਸੂਰਤ ਕੈਤ ਦੀ ਤਾਰੀਫ ਕਰਦੇ ਰਹੇ ਆਗੂ ਕਿੰਨੇ ਆਜ਼ਾਦ ਨੇ ਇਹ ਜਾਨਵਰ ਹਨਾ ਕਿਰਨਾ ਲਗਾਤਾਰ ਇਸ ਕਲੋਲਾ ਕਰਦੀ ਜੋੜੀ ਨੂੰ ਦੇਖੀ ਜਾ ਰਹੀ ਸੀ ਨਹੀਂ ਕਰਨਾ ਇਹ ਆਪਣੇ ਨਾਲੋਂ ਵੱਧ ਗੁਲਾਮ ਨੇ ਕਿਉਂ ਕਿੰਨਾ ਇਸ ਤਰ੍ਹਾਂ ਹੈਰਾਨ ਹੋਈ ਜਿਵੇਂ ਭਾਗੂ ਨੇ ਕੋਈ ਅਲੋਕਾਰ ਗੱਲ ਕਰ ਦਿੱਤੀ ਹੋਵੇ ਹਾਂ ਆਪਾਂ ਤਾਂ ਸਿਰਫ ਸਮਾਜ ਦੀਆਂ ਝਟਕਾਂ ਤੋਂ ਡਰਦੇ ਹਾਂ ਪਰ ਇਹਨਾਂ ਨੂੰ ਹਰ ਵੇਲੇ ਆਪਣੀ ਮੌਤ ਦਾ ਡਰ ਰਹਿੰਦਾ ਪਤਾ ਨਹੀਂ ਆਪਣੀ ਮਾਸਖਾਣੀ ਜਾਤ ਇਹਨਾਂ ਲਈ ਕਦੋਂ ਮੌਤ ਬਣ ਕੇ ਆ ਜਾਏ ਹਾਈਵੇ ਪੜਿਆ ਕਦੇ ਇਹਨਾਂ ਨੂੰ ਖੇਡਦੇ ਕੋਲੋਲਾ ਕਰਦੇ ਤਾਂ ਦੇਖ ਲਓ ਕਿੰਨੇ ਵਧੀਆ ਲੱਗਦੇ ਨੇ ਕਿਰਨਾ ਕਿਸੇ ਡਰ ਦੀ ਮਾਰੀ ਮੁੰਡੇ ਦੀ ਬੁੱਕਲ ਵਿੱਚ ਇਕੱਠੀ ਹੋ ਗਈ ਕਿੰਨਾ ਚਿਰ ਦੋਵੇਂ ਮੁੰਡਾ ਕੁੜੀ ਇਸ ਜਾਨਵਰ ਜੋੜੀ ਬਾਰੇ ਇਹਨਾਂ ਦੀ ਆਜ਼ਾਦੀ ਬਾਰੇ ਆਪਣੇ ਬਾਰੇ ਆਪਣੇ ਪਿਆਰ ਬਾਰੇ ਗੱਲਾਂ ਕਰਦੇ ਇੱਕ ਦੂਜੇ ਨੂੰ ਰਾਜਾ ਜਿਵੇਂ ਦੇ ਤੇ ਪਿਆਰ ਜਿਤਾਉਂਦੇ ਰਹੇ ਟਾਈਮ ਆਪਣੀ ਚਾਲੇ ਤੁਰਦਾ ਗਿਆ ਚੰਨ ਤੁਰਦਾ ਗਿਆ ਬੱਦਲੀਆਂ ਨਾਲ ਕੋਲੋਲਾ ਕਰਦਾ ਰਿਹਾ ਕਦੇ ਉਹਨਾਂ ਦੀ ਬੁੱਕਲੇ ਵਿੱਚ ਜਾ ਲੁਕਦਾ ਤੇ ਕਦੇ ਬਾਹਰ ਆ ਆਪਣੀ ਚਾਂਦੀ ਰੰਗੀ ਚਾਨਣੀ ਨਾਲ ਧਰਤ ਨੂੰ ਰੋਸ਼ਨਾ ਦਿੰਦਾ ਜਦੋਂ ਚੰਨ ਬੱਦਲੀ ਦੀ ਬੁੱਕਲ ਲਾ ਕੇ ਬਾਹਰ ਆਇਆ ਤਾਂ ਭਗਵਾਨ ਨੇ ਘੜੀ ਤੋਂ ਟਾਈਮ ਵੇਖਿਆ 4 ਵਜ ਗਏ ਸਨ ਦੂਰ ਪਿੰਡ ਵਿੱਚ ਗੁਰਦੁਆਰੇ ਦੇ ਲਾਊਡ ਸਪੀਕਰ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ ਟਾਲੀ ਉੱਪਰ ਪਾਏ ਪੰਛੀਆਂ ਦੇ ਆਲਣਿਆਂ ਵਿੱਚ ਹਿਲਚੁਲ ਹੋਈ ਦੋਵੇਂ ਉੱਠ ਕੇ ਗੁੰਨਾਬ ਕੋਲ ਆ ਗਏ ਉਹ ਅੱਜ ਗਏ ਹੁਣ ਤਾਂ ਗੁਰਨਾਬ ਨੇ ਦੋਵਾਂ ਨੂੰ ਟਕੌਰ ਮਾਰੀ ਨਹੀਂ ਭੁੱਖ ਹੋਰ ਵੱਧ ਗਈ ਬਾਗੂ ਬੋਲਿਆ ਫਿਰ ਕੋਈ ਇਲਾਜ ਕਰਾਓ ਚੰਗਾ ਚੰਗਾ ਚੱਲ ਚੱਲ ਗਏ ਟਾਈਮ ਤਾਂ ਦੇਖ ਬਾਗੂ ਨੇ ਘੜੀ ਵਿਖਾਈ ਤੂੰ ਵੇ ਕਾਲੀ ਕਾਲੀ ਪਿੰਡ ਨੂੰ ਜਾਂਦੀ ਸੜਕ ਪਏ ਕਿਰਨਾ ਕਾਫੀ ਦੇਰ ਕਰਦੇ ਮੂਰੇ ਖੜੀ ਵੇਖਦੀ ਰਹੀ ਜਦੋਂ ਨਜ਼ਰੋਂ ਹਟ ਕੇ ਟਕਰ ਚਲੀ ਗਈ ਗੋਲਚਨ ਨਿੱਕੀ ਬਦਲੀ ਚੋਂ ਨਿਕਲ ਕੇ ਹੱਸ ਪਿਆ